ਦਿੱਲੀ ਵਿਖੇ ਰਵਿਦਾਸ ਜੀ ਦੇ ਮੰਦਰ ਨੂੰ ਤੋੜੇ ਜਾਣ ਦੇ ਹੁਕਮ ਦੇ ਰੋਸ 'ਚ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉੱਥੇ ਫਰੀਦਕੋਟ ਜ਼ਿਲ੍ਹੇ 'ਚ ਵੀ ਸਾਰੇ ਬਾਜ਼ਾਰ ਬੰਦ ਦੇਖਣ ਨੂੰ ਮਿਲੇ। ਇਸ ਮੌਕੇ ਭਾਵੇਂ ਬਾਜ਼ਾਰ ਅਤੇ ਦੁਕਾਨਾਂ ਬੰਦ ਹਨ ਪਰ ਲੋਕਾਂ ਦੀ ਆਵਾਜਾਈ ਜਾਰੀ ਹੈ। ਰਵਿਦਾਸ ਭਾਈਚਾਰੇ ਦੇ ਐਲਾਨ ਮਗਰੋਂ ਫਰੀਦਕੋਟ ਜ਼ਿਲ੍ਹੇ 'ਚ ਕਿਸੇ ਵੀ ਵਿੱਦਿਅਕ ਸੰਸਥਾ ਨੂੰ ਛੁੱਟੀ ਨਹੀਂ ਕੀਤੀ ਗਈ, ਜਿਸ ਸਦਕਾ ਬੱਚੇ ਸਕੂਲ ਅਤੇ ਕਾਲਜਾਂ ਵਿੱਚ ਪਹੁੰਚੇ। ਦੂਜੇ ਪਾਸੇ ਰਵਿਦਾਸ ਭਾਈਚਾਰੇ ਵੱਲੋਂ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਰੋਸ ਮਾਰਚ ਕੱਢਿਆ ਜਾਣਾ ਹੈ। ਰਵਿਦਾਸ ਮੰਦਰ ਜੋ ਕਿ ਤੁਗਲਕਾਬਾਦ ਵਿੱਚ 600 ਸਾਲ ਪੁਰਾਣਾ ਬਣਿਆ ਹੋਇਆ ਸੀ, ਉਸ ਨੂੰ ਮੋਦੀ ਸਰਕਾਰ ਨੇ, ਦਿੱਲੀ ਸਰਕਾਰ ਨੇ ਰਲ ਕੇ ਇੱਕ ਸਾਜ਼ਿਸ਼ ਦੇ ਅਧੀਨ ਉਸ ਮੰਦਰ ਨੂੰ ਢਵਾਇਆ। ਇਹਦਾ ਮਤਲਬ ਹੈ ਇਹ ਜਾਣ ਬੁੱਝ ਕੇ ਦਲਿਤ ਜਥੇਬੰਦੀਆਂ ਦੇ ਨਾਲ ਟੱਕਰ ਲੈਣਾ ਚਾਹੁੰਦੇ ਹੈ। ਅੱਜ ਵੀ ਜੋ ਐਲਾਨ ਬੰਦ ਦਾ ਕੀਤਾ ਗਿਆ ਹੈ ਉਹ ਕੇਵਲ ਅਕਾਲੀ ਦਲ ਔਰ ਕਾਂਗਰਸ ਨੇ ਕੀਤਾ, ਭਾਜਪਾ ਵੱਲੋਂ ਜਾਂ ਆਮ ਆਦਮੀ ਪਾਰਟੀ ਕੰਨੀਓ ਇਸ ਦਾ ਸਮਰਥਨ ਨਹੀਂ ਦਿੱਤਾ ਗਿਆ, ਜੋ ਕਿ ਇੱਕ ਬਹੁਤ ਹੀ ਨਿਖੇਧੀਜਨਕ ਭਾਸ਼ਾ ਦੇ ਵਿੱਚ ਅਸੀਂ ਕਹਾਂਗੇ ਕਿ ਬਈ ਇਹ ਸਾਡੇ ਸਮਾਜ ਨੂੰ ਜਾਣ ਬੁੱਝ ਕੇ ਖਰਾਬ ਕਰ ਰਹੇ ਹੈ। ਪਰ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਅੱਜ ਦੀ ਗੱਲ ਨਾ ਸੁਣੀ ਗਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਉਹ ਹਾਲ ਹੋਊਗਾ ਜੋ ਕਿ ਪਿਛੋਕੜ ਨੂੰ ਦੇਖਦੇ ਹੋਏ ਜੋ ਇੱਕ ਚਮਾਰ ਰੈਜੀਮੈਂਟ ਨੇ ਔਰ ਸਾਡੇ ਭਾਈਚਾਰੇ ਦਲਿਤ ਭਾਈਚਾਰੇ ਦੀਆਂ ਜੋ ਕੁਰਬਾਨੀਆਂ ਦਿੱਤੀਆਂ ਗਈਆਂ ਹੈ ਅਖੀਰ ਸਾਨੂੰ ਉਹ ਫਿਰ ਕੁਰਬਾਨੀਆਂ ਦੇਣੀਆਂ ਪੈਣਗੀਆਂ। ਔਰ ਅਸੀਂ ਇਸ ਗੱਲ ਦਾ ਭਾਰਤੀ ਜਨਤਾ ਪਾਰਟੀ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ ਔਰ ਮੋਦੀ ਦੀ ਨੱਕ ਵਿੱਚ ਅਸੀਂ ਦਮ ਕਰ ਦਿਆਂਗੇ। ਦੇਖੋ, ਅਸੀਂ ਅੱਜ ਪੰਜਾਬ ਬੰਦ ਦੀ ਕਾਲ ਹੈਗੀ ਹੈ, ਇਹਦੇ ਅਸੀਂ ਪ੍ਰੋਪਰ ਲੋੜ ਮੁਤਾਬਕ ਸੁਰੱਖਿਆ ਬੰਦ ਕੀਤੇ ਨੇ, ਡੀ ਐੱਸ ਪੀ ਸਾਹਿਬ, ਐੱਸ ਓ ਸਾਹਿਬ, ਉਹ ਲੋਕਲ ਫੋਰਸ ਲਗਾਈ ਗਈ ਹੈ। ਸੋ ਅਸੀਂ ਦੋਨਾਂ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਜਿਹਨੇ ਰੋਸ ਮਾਰਚ ਕਰਨਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਸਾਰਾ ਜਿਹੜਾ ਇਹ ਜਿਹੜਾ ਰੋਸ ਮਾਰਚ ਪੀਸਫੁਲੀ ਖਤਮ ਹੋਵੇਗਾ। ਨਹੀਂ, ਪੂਰੇ ਪ੍ਰੋਪਰ ਬੰਦ ਲੋੜ ਮੁਤਾਬਕ ਸਾਡੇ ਸਾਰੇ ਤਰ੍ਹਾਂ ਦੇ ਸੁਰੱਖਿਆ ਬੰਦ ਹੈਗੇ ਨੇ। ਸੋ ਅਸੀਂ ਬਾਕੀ ਸਾਡਾ ਇੰਨਾ ਤਾਲਮੇਲ ਹੈਗਾ, ਜਿਹੜਾ ਸਾਰਾ ਪ੍ਰੋਸੈਸ ਪੀਸਫੁਲ ਹੋਏਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ, ਜੀਵੇ ਪੰਜਾਬ ਟੀਵੀ।